ਕੱਢਦੇ ਆ ਨਾ ਹਰ ਗੱਲ ਦਾ, ਜਿੱਦਾਂ ਪ੍ਰਭ ਦੀ ਵੀ ਕੱਢੇ ਆ ਕਿ ਹੁਣ ਆ ਗਏ ਨਾ ਉੱਥੇ ਹੀ ਦੇਖੋ ਜੀ, ਪਹਿਲਾਂ ਤੇ ਉਹਨਾਂ ਨੂੰ ਨਿਯਮਾਂ ਨੂੰ ਕਹਿੰਦੇ ਸੀ, ਹੁਣ ਆ ਗਏ ਨਹੀਂ, ਉਹਦੇ ਜਿਹੜਾ ਕੁਦਰਤ ਦੇ ਵਿੱਚ ਹੀ ਰੱਬ ਹੈ, ਹੁਣ ਉਦਾਂ ਆ ਗਏ, ਪਹਿਲੇ ਵੀ ਗੱਲ ਨੀ ਸਮਝ ਆਈ ਉਹਨੂੰ, ਹੁਣ ਫਿਰ ਨੀ ਸਮਝ ਆਈ, ਮਤਲਬ ਆਪਣੀ ਆਪਣੀ ਮਰਜ਼ੀ ਦਾ ਪਹਿਲਾਂ ਵੀ ਮਤਲਬ ਕੱਢ ਲਿਆ, ਹੁਣ ਫਿਰ ਆਪਣੀ ਮਰਜ਼ੀ ਦਾ ਜੋ ਆਪਣੇ ਆਪ ਨੂੰ ਲੱਗਦਾ ਉਹ ਮਤਲਬ ਕੱਢ ਲਿਆ। ਜਿਹੜੀ ਉਹਨੇ ਪਹਿਲੀ ਲਾਈਨ ਚ ਲਿਖਿਆ ਸੀ ਨਾ ਕਿ ਜਿਹੜੀ ਆਪਣਾ ਕੁਦਰਤ ਦੀ ਗੱਲ ਕਰ ਤੁਸੀਂ ਕੀਤੀ ਹੈ, ਮਤਲਬ ਕਿ ਮੈਂ ਕਿਹਾ ਸਾਨੂੰ ਤਾਂ ਨੀ ਸਮਝ ਆਈ ਕਿੱਥੇ ਕਹੀਏ ਭਾਈ ਸਾਹਿਬ ਨੇ ਵਾਲੀ ਗੱਲ ਆਪਣੇ ਆਪਣੀ ਮਰਜ਼ੀ ਦੇ। ਅੱਜ ਅਸੀਂ ਨਾ ਇਹਦੇ ਉੱਤੇ ਥੋੜੀ ਜਿਹੀ ਵਿਚਾਰ ਵੀ ਕਰਨੀ ਆ ਵੀ ਇਹ ਜਿਹੜੇ ਚਾਹੇ ਜਾਗਰੂਕ ਆ ਚਾਹੇ ਟਕਸਾਲੀ ਆ, ਇਹਨਾਂ ਦੀ ਪ੍ਰੋਬਲਮ ਇਹ ਆ ਵੀ ਜਿਹੜੀਆਂ ਮਨੌਤਾਂ ਇਨੀ ਬਣਾਈਆਂ ਆ, ਜਿਹੜੀਆਂ ਧਾਰਨਾਵਾਂ ਇਹਨਾਂ ਦੀਆਂ ਆ, ਜੋ ਇਹ ਮੰਨ ਰਹੇ ਆ ਉਹ ਇਸ ਭਰਮ ਵਿਚ ਜੀਂਦੇ ਆ ਵੀ ਜੋ ਉਹ ਮੰਨਦੇ ਆ ਦੁਨੀਆਂ ਉੱਨੀ ਆ, ਵੀ ਜਿਹੜੀ ਗੱਲ ਕਿਸੇ ਨੇ ਕਹੀ ਆ ਉਹ ਕਿਸੇ ਵੀ ਅਰਥਾਂ ਚ ਕਹੀ ਹੋਵੇ, ਜਦੋਂ ਉਹ ਆਪ ਕਹਿ ਰਹੇ ਨਾ ਵੀ ਦੇਖੋ ਆਹ ਗੱਲ ਕਹਿ ਦਿੱਤੀ ਰਣਜੀਤ ਸਿੰਘ ਨੇ, ਠੀਕ ਆ, ਹੁਣ ਬਾਕੀ ਹੈਰਾਨ ਹੁੰਦੇ ਆ ਵੀ ਯਾਰ ਇੱਦਾਂ ਕਦੋਂ ਕਹੀ ਆ, ਠੀਕ ਆ, ਪਰ ਉਹ ਤੇ ਪੂਰੇ ਮੈਨੂੰ ਤਾਂ ਡਟੇ ਪਏ ਆ, ਬਿਲਕੁਲ ਇੱਦਾਂ ਕਿੱਦਾਂ ਹੱਦ ਹੋ ਗਏ ਅਸੀਂ ਕਹਿ ਰਹੇ ਹਾਂ। ਹੁਣ ਉਸ ਵੇਲੇ ਅਸੀਂ ਠਾਕਰ ਸਿੰਘ ਦੇ ਬਾਰੇ ਵੀ, ਇਹਨਾਂ ਬਾਰੇ ਵੀ, ਬਾਕੀ ਟਕਸਾਲੀ ਵੀ ਜਿਹੜੇ ਰੌਲਾ ਪਾਉਂਦੇ ਆ ਉਹਨਾਂ ਬਾਰੇ ਵੀ, ਜਿੰਨਾ ਬ੍ਰਹਮ ਕਵਚ ਤੇ ਹੁਣ ਟਕਸਾਲੀ ਬੋਲੇ ਆ ਔਰ ਜਿੰਨਾ ਉਹਨੇ ਇਹ ਸਟੇਟਮੈਂਟ ਦਿੱਤੀ ਆ ਭਈ ਜੀ ਇਹ ਦਸਮ ਗ੍ਰੰਥ ਦੇ ਵਿਰੁੱਧ ਬੋਲਿਆ ਢੱਡਰੀਆਂ ਵਾਲਾ, ਹਨਾ, ਹੁਣ ਉਹਨਾਂ ਨੂੰ ਪੁੱਛੋ ਵੀ ਬ੍ਰਹਮ ਕਵਚ ਤਾਂ ਦਸਮ ਗ੍ਰੰਥ ਵਿਚ ਹੈ ਹੀ ਨੀ, ਉਹਦੀ ਸਫਾਈ ਠਾਕਰ ਸਿੰਘ ਇਹ ਦਿੰਦਾ, ਕਹਿੰਦਾ ਭੀ ਜਦੋਂ ਦਸਮ ਗ੍ਰੰਥ ਲਿਖਿਆ ਗਿਆ ਭਾਈ ਮਨੀ ਸਿੰਘ ਲਿਖ ਰਹੇ ਸੀ, ਜਦੋਂ ਭਾਈ ਮਨੀ ਸਿੰਘ ਲਿਖਦੇ ਲਿਖਦੇ ਅਖੀਰ ਤੇ ਪਹੁੰਚੇ ਨਾ 1428 ਪੰਨੇ ਹੋ ਗਏ, ਉਹਨੇ ਦਸਵੇਂ ਪਾਤਸ਼ਾਹ ਨੂੰ ਕਿਹਾ ਭੀ ਪਾਤਸ਼ਾਹ 1428 ਪੰਨੇ ਹੋ ਗਏ, ਉਹ ਕਹਿੰਦੇ ਭੀ ਇੱਥੇ ਬਸ ਕਰ ਦਿਓ, ਭੀ 1430 ਹੈਗੇ ਗੁਰੂ ਗ੍ਰੰਥ ਸਾਹਿਬ ਦੇ, ਇਹ ਤੋਂ ਵੱਧ ਨੀ ਹੁਣ ਲਿਖਣਾ ਅਸੀਂ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨੀ ਕਰ ਸਕਦੇ ਨਾ ਉਹਨਾਂ ਤੋਂ ਵੱਡਾ ਬਣਾਉਣਾ ਅਸੀਂ, 1428 ਤੇ ਰੋਕ ਦਿਓ, ਤੇ ਉਹ ਕਹਿੰਦੇ ਭੀ ਜੇ ਬਾਣੀ ਬਹੁਤ ਸਾਰੀ ਰਹਿੰਦੀ ਆ, ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਨੀ ਸਿੰਘ ਨੂੰ ਭੀ ਜਿਹੜੀ ਰਹਿੰਦੀ ਆ ਬਾਣੀ ਉਹਨੂੰ ਬਾਹਰ ਰਹਿਣ ਦਿਓ, ਸਿੰਘ ਆਪੇ ਲੱਭ ਲੱਭ ਕੇ ਪੜਿਆ ਕਰਨਗੇ, ਤੇ ਉਹ ਇਹ ਆ ਬ੍ਰਹਮ ਕਵਾਚਿਆ ਹੋਰ ਸਾਰਾ ਕੁਛ ਆ ਇੱਦਾਂ, ਠੀਕ ਹੈ, ਉਹਦੇ ਹੱਕ ਚ ਦਲੀਲਾਂ ਜਿਹੜੀਆਂ ਹੁਣ ਉਹ ਉਹਨਾਂ ਦਾ ਮੰਨਣਾ ਇਹ ਆ ਉਹ ਇਸ ਕਰਕੇ ਨੀ ਕਨਵਿੰਸ ਹੋ ਰਹੇ, ਅਸੀਂ ਜਦੋਂ ਕਹਿੰਦੇ ਆ ਭੀ ਸਾਨੂੰ ਤਾਂ ਪਤਾ ਆ ਭੀ ਅਸੀਂ ਠੀਕ ਆ, ਉਹ ਕਹਤੇ ਅੜੇ ਹੋਆ ਉਹ ਇਸ ਕਰਕੇ ਅੜੇ ਹੋਆ ਜਿਹੜੀ, ਕਿਉਂਕਿ ਉਹਨਾਂ ਦਾ ਦਿਮਾਗ ਇੱਦਾਂ ਕੰਮ ਕਰਦਾ ਭੀ ਜਿਹੜੀ ਗੱਲ ਉਹ ਆਪ ਮੰਨ ਰਹੇ ਆ ਉਹ ਕਹਿੰਦੇ ਆ ਭੀ ਦੁਨੀਆਂ ਇੱਦਾਂ ਹੀ ਆ, ਜਦੋਂ ਉਹ ਮੰਨਦੇ ਆ ਨਾ ਭੀ ਢੱਡਰੀਆਂ ਵਾਲੇ ਨੇ ਇੱਦਾਂ ਕਹੀ ਆ, ਹੁਣ ਉਹ ਕਹਿੰਦੇ ਅਸਲੀਅਤ ਇਹੀ ਆ, ਤੁਸੀਂ ਵੀ ਇਹੀ ਮੰਨੋ, ਇੱਦਾਂ ਹੀ ਦਸਵੇਂ ਪਾਤਸ਼ਾਹ ਦੇ ਬਾਰੇ ਜੋ ਜੋ ਉਹਨਾਂ ਦੀ ਮਨੌਤ ਬਣੀਓ ਆ ਉਹਦੇ ਵਿੱਚ ਜੀ ਰਹੇ ਆ, ਇਹ ਇਕੱਲੇ ਉਹਨਾਂ ਦੇ ਨਾਲ ਨੀ ਹੈਗੀ, ਸਾਡੇ ਆਲੇ ਦੁਆਲੇ ਪਰਿਵਾਰਾਂ ਵਿੱਚ ਕੰਮਾਂ ਤੇ ਤੁਸੀਂ ਨੋਟ ਕਰ ਲਿਓ, ਬਹੁਤ ਸਾਰੇ ਬੰਦੇ ਜਿਹੜੇ ਆ ਤੁਹਾਨੂੰ ਇਸ ਸੁਭਾਅ ਦੇ ਮਿਲਣਗੇ, ਠੀਕ ਹੈ, ਜਦੋਂ ਕੋਈ ਗੱਲ ਕਹਿਣਗੇ ਨਾ ਉਹ ਕਹਿਣ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਹੁਣ ਕੰਮ ਕਰ ਦਿੱਤਾ ਕੋਈ, ਠੀਕ ਹੈ, ਬੰਦੇ ਨੇ ਕੰਮ ਤੇ, ਤੁਸੀਂ ਕਹੋਗੇ ਭੀ ਵੀਰਾ ਤੂੰ ਜਿਹੜਾ ਆਹ ਕੰਮ ਕਰਕੇ ਆਇਆ, ਜਿਹੜਾ ਸਟਿੱਕਰ ਲਾ ਦਿੱਤਾ, ਜਿਹੜੀ ਆਹ ਜਗ੍ਹਾ ਆਹ ਮਸ਼ੀਨ ਇੱਥੇ ਰੱਖ ਦਿੱਤੀ ਆ, ਆਹ ਚੀਜ਼ ਇੱਥੇ ਖੜੀ ਕਰ ਦਿੱਤੀ ਆ, ਫੋਕੋਸਟਾਂ ਜਿਹੜਾ ਸਟੈਕ ਲਾ ਦਿੱਤਾ ਇੱਦਾਂ, ਪਹਿਲਾ ਸਟੈਪ ਤਾਂ ਉਹਨਾਂ ਦਾ ਇਹ ਹੁੰਦਾ ਭੀ ਮੈਂ ਨੀ ਕੀਤਾ, ਠੀਕ ਹੈ, ਲੱਗਦੀ ਵਾ ਉਹ ਇਹ ਕਹਿਣਗੇ ਭੀ ਮੈਂ ਕਦੋਂ ਕੀਤਾ, ਕੋਈ ਗੱਲ ਕਹੀ ਹੋਵੇ ਤੁਸੀਂ ਕਹੋ ਕਹਿੰਦੇ ਮੈਂ ਕਦੋਂ ਕਿਹਾ, ਠੀਕ ਹੈ, ਤੇ ਜੇ ਤੁਸੀਂ ਐਵੀਡੈਂਟ ਕਰਦੇ ਹੋ ਉਹਨੂੰ ਭੀ ਆਹ ਦੇਖਿਆ ਇਸ ਟਾਈਮ ਤੂੰ ਹੁਣ ਕਰਕੇ ਗਿਆ ਹਨਾ, ਤੇ ਫਿਰ ਉਹ ਵਿੰਸਣਗੇ ਮੋਰਿਓ, ਠੀਕ ਹੈ, ਉਹਦਾ ਕਾਰਨ ਅਸੀਂ ਇੱਦਾਂ ਦੇਖੀਦਾ ਵੀ ਦੇਖੋ ਇਹਨੂੰ ਸਾਫ਼ ਤਾਂ ਦਿਸ ਰਿਹਾ ਵੀ ਗਲਤ ਆ, ਅਸੀਂ ਲੌਜਿਕ ਵੀ ਦੇ ਦਿੱਤਾ, ਇਹਨੂੰ ਨੁਕਸਾਨ ਵੀ ਦਿਸ ਰਿਹਾ ਵੀ ਇਹ ਇਸ ਗੱਲੋਂ ਇਹਨੂੰ ਸ਼ਰਮ ਕਿਉਂ ਨੀ ਆ ਰਹੀ, ਠੀਕ ਹੈ, ਇਹ ਆਪਣੇ ਆਪ ਚ ਲੱਜਾ ਚ ਕਿਉਂ ਨੀ ਜਾ ਰਿਹਾ, ਇਹਨੂੰ ਇੱਦਾਂ ਕਿਉਂ ਨੀ ਹੁੰਦਾ ਪਿਓ,
ਯਾਰ ਹਾਂ ਫੇਰ ਮੈਂ ਮੈਂ ਕਾਲੀ ਕਰ ਗਿਆ ਮੈਂ ਦੇਖੇ ਆਹ ਤਾਂ ਮੈਂ ਸੋਚਿਆ ਹੀ ਨੀ ਹਨਾ ਫੇਰ ਮੇਰਾ ਤਾਂ ਧਿਆਨ ਇਹ ਸੀ ਫਟਾਫਟ ਪੈਲਟ ਜਾ ਕੇ ਰੱਖ ਕੇ ਮੈਂ ਦੂਜਾ ਟਰੱਕ ਲਾਉਣਾ ਤੇ ਰਾਜ ਟਰੱਕ ਖੜਾ ਸੀਗਾ ਉਧਰੋਂ ਵੱਡੇ ਟਰੱਕ ਨੇ ਲੰਘਣਾ ਸੀ ਉਹ ਕਹਿੰਦੇ ਸੀ ਖਾਲੀ ਕਰ ਛੇਤੀ ਤੇ ਆਹ ਤਾਂ ਮੈਂ ਦੇਖਿਆ ਹੀ ਨੀ ਤੇ ਹੁਣ ਜਿੱਥੇ ਮੈਂ ਰੱਖ ਦਿੱਤਾ ਰਾਹ ਵਿਚ ਮਗਰ ਮਗਰੋਂ ਕਿੱਦਾਂ ਲੰਘੂਗੇ ਉਹ ਹਨਾ ਫੇਰ ਸੋਰੀ ਮੈਂ ਬਸ ਇੰਨਾ ਕਹਿਣ ਦੀ ਲੋੜ ਆ ਪਰ ਨਹੀਂ ਉਹ ਜਿਹੜੇ ਉਹ ਫਿਰ ਉਹ ਕਹਿਣਗੇ ਮੈਂ ਇਸ ਕਰਕੇ ਕੀਤਾ ਮੈਂ ਇਸ ਕਰਕੇ ਕੀਤਾ ਮੈਨੂੰ ਫਲਾਨੇ ਨੇ ਕਿਹਾ ਸੀ ਮੈਨੂੰ ਮੈਨੇਜਰ ਨੇ ਕਿਹਾ ਸੀ ਛੇਤੀ ਰੱਖ ਕੇ ਚੱਲ ਜਾ ਸਾਨੂੰ ਫਿਰ ਏਦਾਂ ਲੱਗਦਾ ਕਿ ਸਾਨੂੰ ਸਾਰਾ ਕੁਝ ਪਤਾ ਆ ਕਿਉਂਕਿ ਇੱਥੇ ਜਦੋਂ ਹਰ ਵਾਰੀ ਮੀਟਿੰਗ ਜਦੋਂ ਹੁੰਦੀ ਹੈ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਸਾਰਾ ਕੁਝ ਨਹੀਂ ਪਤਾ ਬਸ ਠੀਕ ਹੈ ਸਿੰਪਲ ਗੱਲ ਹੈ ਨਹੀਂ ਪਤਾ ਗਲਤੀ ਹੋਗੀ ਠੀਕ ਹੈ ਅਸੈਪਟ ਕਰ ਲਓ ਅੱਗੇ ਤੋਂ ਨਹੀਂ ਕਰਿਓ ਬਸ ਜਾਂ ਦੂਜੀ ਗੱਲ ਹੁੰਦੀ ਹੈ ਜੇ ਤੁਹਾਡੇ ਕੋਲ ਗਲਤੀ ਹੋਗੀ ਤੁਸੀਂ ਆ ਕੇ ਸਿੱਧਾ ਦੱਸ ਦੇਣਾ ਹਾਂਜੀ ਇਹ ਹੋ ਗਿਆ ਅਸੀਂ ਉਹਨੂੰ ਕਰੈਕਟ ਕਰਾਂਗੇ ਨਾ ਕਿ ਤੁਹਾਨੂੰ ਅਸੀਂ ਇੰਡੀਆ ਦਾ ਮਾਇੰਡ ਹੈਗਾ ਨਾ ਜਿੱਦਾਂ ਇੰਡੀਆ ਚ ਆਪਾਂ ਗਲਤੀ ਕੋਈ ਹੋ ਜਾਂਦੀ ਸੀ ਦੂਜਾ ਬੰਦਾ ਆ ਕੇ ਛਿਤਰੋੜ ਹੋ ਜਾਂਦਾ ਬੰਦਾ ਹੈ ਨਾ ਗਾਲੋ ਗਾਲੀ ਹੋ ਗਿਆ ਪਰ ਇੱਥੇ ਹਰ ਜਗ੍ਹਾ ਉਹ ਸਿਸਟਮ ਥੋੜੀ ਹੈ ਤੁਸੀਂ ਆ ਕੇ ਆਪਣੇ ਆਪ ਨੂੰ ਬਦਲੋ ਹਾਂ ਠੀਕ ਹੈ ਉਹ ਕਰੈਕਟ ਕਰਨ ਲਈ ਤੁਸੀਂ ਹਾਂ ਕਰੈਕਟ ਕਰ ਸਕਦੇ ਹੋ ਜਾਂ ਅੱਗੇ ਤੋਂ ਅਵੇਅਰ ਹੋ ਸਕਦਾ ਬੰਦਾ ਤੇ ਦੂਜਿਆਂ ਨੂੰ ਵੀ ਦੱਸਿਆ ਜਾ ਸਕਦਾ ਹਾਂ ਵੀ ਆਹ ਦੇਖੋ ਇੱਦਾਂ ਦੀ ਗਲਤੀ ਹੋ ਜਾਂਦੀ ਹੈ ਅਸੀਂ ਜਿਸ ਮਾਹੌਲ ਚੋਂ ਆਏ ਹਾਂ ਉੱਥੇ ਲੇਬਰ ਬਹੁਤ ਜ਼ਿਆਦਾ ਆ ਰਾਈਟ ਉੱਥੇ ਜਿਹੜੀ ਗਲਤੀ ਹੁੰਦੀ ਆ ਜਦੋਂ ਟੋਕਿਆ ਉਦੋਂ ਜਾਂਦਾ ਜਦੋਂ ਅਗਲੇ ਨੂੰ ਭਜਾਉਣਾ ਹੁੰਦਾ ਠੀਕ ਹੈ ਸਾਨੂੰ ਅਜੇ ਇਹ ਅਹਿਸਾਸ ਨਹੀਂ ਹੋਇਆ ਕਿ ਹੁਣ ਇਹ ਯੂਰਪ ਵਿਚ ਇਹਨਾਂ ਕੰਟਰੀਆਂ ਵੈਸਟਰਨ ਕੰਟਰੀ ਆ ਜਿਹੜੇ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਸਾਰਾ ਇਹਨਾਂ ਕੰਟਰੀਆਂ ਵਿਚ ਲੇਬਰ ਇੰਨੀ ਜ਼ਿਆਦਾ ਨਹੀਂ ਮਿਲ ਰਹੀ ਰਾਈਟ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਉਹਦੀ ਕਦਰ ਬਹੁਤ ਜ਼ਿਆਦਾ ਆ ਠੀਕ ਹੈ ਇੱਦਾਂ ਨਹੀਂ ਹੈਗਾ ਕਿ ਤੁਹਾਡੇ ਗਲਤੀ ਹੋਣ ਤੇ ਸਿੱਧਾ ਹੀ ਕੰਮ ਤੋਂ ਕੱਢ ਦਿੱਤਾ ਜਾਣਾ ਹੈ ਤੁਹਾਨੂੰ ਜਾਂ ਤੁਹਾਨੂੰ ਸਜ਼ਾ ਹੋਣੀ ਹੈ ਠੀਕ ਹੈ ਉਹ ਮਸਲਾ ਜਿਹੜਾ ਹੈ ਨਾ ਉਹ ਇੰਪਰੂਵਮੈਂਟ ਦਾ ਆ ਬਿਲਕੁਲ ਹੁਣ ਤਾਂ ਭਾਸ਼ਾ ਵੀ ਉਹ ਇੰਪਰੂਵਮੈਂਟ ਵਰਤ ਰਹੇ ਆ ਵੀ ਜਦੋਂ ਕੋਈ ਕੰਮ ਹੋਣੇ ਵਾਲਾ ਹੁੰਦਾ ਨਾ ਜਿੱਥੇ ਕੋਈ ਗਲਤ ਹੋ ਰਿਹਾ ਹੁੰਦਾ ਉਹਨੂੰ ਰੈਕਟੀਫਾਈ ਕਰਨ ਲਈ ਇੰਪਰੂਵਮੈਂਟ ਕਹਿੰਦੇ ਆ ਆਪਾਂ ਲੈਟਸ ਡੂ ਇੰਪਰੂਵਮੈਂਟ ਬਿਲਕੁਲ ਇਹਨੂੰ ਕਿੱਦਾਂ ਵਧੀਆ ਕਿੱਦਾਂ ਬਣਾਈਏ ਠੀਕ ਹੈ ਉਹ ਚ ਜਿਹੜਾ ਕੰਮ ਸਾਡੇ ਰਾਹੀਂ ਹੋਣਾ ਆ ਉਹਦੇ ਵਿਚ ਵੀ ਇਹੀ ਆਉਣਾ ਬਿਲਕੁਲ ਠੀਕ ਹੈ ਇਹਨੂੰ ਇੰਪਰੂਵ ਕਿੱਦਾਂ ਕਰ ਸਕਦੇ ਹਾਂ ਇਹਨੂੰ ਵਧੀਆ ਕਿੱਦਾਂ ਬਣਾ ਸਕਦੇ ਹੁਣ ਨਾਲੋਂ ਸਾਡੀ ਸਾਰੀ ਜ਼ਿੰਦਗੀ ਦੀ ਰੇਸ ਆ ਨਾ ਜਿਹੜੀ ਉਹ ਇਸੇ ਗੱਲ ਦੇ ਦੁਆਲੇ ਘੁੰਮਣੀ ਚਾਹੀਦੀ ਆ ਵੀ ਮੈਂ ਹੁਣ ਨਾਲੋਂ ਵਧੀਆ ਕਿੱਦਾਂ ਬਣਾਈ ਠੀਕ ਹੈ ਬਈ ਚਲੋ ਜੀ ਉਹ ਜਿਹੜੀ ਆਪਾਂ ਗੱਲ ਕਰਦੇ ਆ ਉਹ ਜਿਹੜਾ ਇਹ ਟਕਸਾਲੀਆਂ ਵਾਲਾ ਹੈ ਨਾ ਉਹ ਆਪਣੇ ਆਪ ਦੇ ਵਿਚ ਸਾਰਾ ਹੀ ਲਾਣਾ ਜਿਹੜਾ ਹੈ ਤਾਂ ਚਲੋ ਇਹ ਸੁੱਖ ਨਾਲ ਪ੍ਰਭਦੀ ਹੁਣੀ ਵੀ ਜਿਹੜੇ ਆ ਸੇਮ ਮਤਲਬ ਉਹਨਾਂ ਨੇ ਵੀ ਜਿਹੜੇ ਬੀਬੀ ਨੇ ਜਾਂ ਬੰਦਿਆਂ ਨੇ ਵੀ ਵੀਡੀਓ ਕੱਢੀਆਂ ਨੇ ਜਾਂ ਪ੍ਰਭਦੀ ਨੇ ਵੀ ਲਿਖਿਆ ਮਤਲਬ ਅਰਥ ਉਹਨਾਂ ਨੇ ਵੀ ਆਪਣੀ ਮਰਜ਼ੀ ਦੇ ਕੱਢੇ ਆ ਬਸ ਇਹਨੇ ਵੀ ਆਪਣੀ ਮਰਜ਼ੀ ਦੇ ਕੱਢੇ ਆ ਤੁਸੀਂ ਤਾਂ ਜੇ ਤੁਹਾਡੇ ਚ ਜ਼ਿਆਦਾ ਹੀ ਹੈਗਾ ਤੁਸੀਂ ਜੋ ਭਾਈ ਸਾਹਿਬ ਨੇ ਕਿਹਾ ਐਗਜੈਕਟਲੀ ਓਦਾਂ ਉਹ ਗੱਲਾਂ ਕਰਕੇ ਜਾਂ ਉਦਾਂ ਸੁਣਾ ਕੇ ਉਹਨਾਂ ਦੇ ਜਿਹੜੇ ਭਾਵ ਅਰਥ ਹੈਗੇ ਨੇ ਉਹ ਕਰਕੇ ਫਿਰ ਕੁਛ ਉਹਦੇ ਚ ਗਲਤੀ ਕੱਢ ਕੇ ਦੱਸੋ ਤਾਂ ਤੇ ਗੱਲ ਹੈਗੀ ਨਹੀਂ ਇੱਦਾਂ 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 ਨਹੀਂ ਨਾ ਉਹਨਾਂ ਲਈ ਤਾਂ ਬੜਾ ਜ਼ਰੂਰੀ ਆ ਕਿ ਜੋ ਉਹ ਕਹਿੰਦੇ ਜਿਹੜੀ ਉਹਨਾਂ ਦੀ ਮਨੌਤ ਕਿਉਂਕਿ ਉਹਦੇ ਵਿੱਚੋਂ ਨਿਕਲਣੇ ਨਾ ਨਿਕਲਣਾ ਨਹੀਂ ਉਹਨਾਂ ਨੂੰ ਸਵਾਦ ਉਹਦੇ ਚ ਆ ਰਿਹਾ ਔਰ ਸਾਡਾ ਵੀ ਜਿਹੜਾ ਨਾ ਦੇਖੋ ਕਪੂਰ ਨੇ ਇਹਦੇ ਉੱਤੇ ਬੜਾ ਲੰਬਾ ਚੌੜਾ ਲਿਖਿਆ ਆ ਵੀ ਜਿਹੜਾ ਵਿਕਾਸ ਆ ਨਾ ਹਾਂਜੀ ਉਹਦੇ ਲਈ ਪਰਿਵਰਤਨ ਦੀ ਜ਼ਰੂਰਤ ਕਿੰਨੀ ਆ ਤੇ ਪਰਿਵਰਤਨ ਦੇ ਰਾਹ ਵਿੱਚ ਰੋੜਾ ਕਿੱਦਾਂ ਦੇ ਲੋਕ ਆ ਜਿਹੜੇ ਕਿਹੜੇ ਸੁਭਾਅ ਵਾਲੇ ਲੋਕ ਆ ਜਿਹੜੇ ਬਣਦੇ ਆ ਠੀਕ ਆ ਉਹ ਗੱਲ ਇਹ ਆ ਵੀ ਅਸੀਂ ਕਿਉਂਕਿ ਕੰਫਰਟ ਜ਼ੋਨ ਚ ਰਹਿਣ ਦੇ ਆਦੀ ਆ ਸਾਨੂੰ ਇਹ ਲੱਗਦਾ ਵੀ ਜਿਹੜੀ ਮੇਰੀ ਜਗ੍ਹਾ ਆ ਹੋਣੇ ਆ ਨਾ ਬਣੀਓ ਜਦੋਂ ਪਰਿਵਰਤਨ ਹੋਇਆ ਜਦੋਂ ਤਬਦੀਲੀ ਹੋਣੀ ਆ ਜਦੋਂ ਕੋਈ ਛੇੜਛਾੜ ਹੋਈ ਜਦੋਂ ਜਿਹਨੂੰ ਅਸੀਂ ਇੰਪਰੂਵਮੈਂਟ ਕਹਿੰਦੇ ਆ ਉਹ ਕਹਿੰਦੇ ਆ ਛੇੜਛਾੜ ਹੋਣ ਲੱਗੀ ਠੀਕ ਹੈ ਤੇ ਜਦੋਂ ਛੇੜਛਾੜ ਹੋਈ ਉਹਦੇ ਵਿਚ ਮੈਨੂੰ ਆਹ ਜਗ੍ਹਾ ਮਿਲੇ ਜਾਂ ਨਾ ਮਿਲੇ ਪਤਾ ਨਹੀਂ ਜਿਹੜੀ ਨਵੀਂ ਮਸ਼ੀਨ ਆਉਣ ਲੱਗੀ ਆ ਜੇ ਮੇਰੇ ਤੋਂ ਨਾ ਸਿੱਖੀ ਗਈ ਫਿਰ ਇਹਨੇ ਮੈਨੂੰ ਕੰਮ ਤੋਂ ਕੱਢ ਦੇਣਾ
ਠੀਕ ਹੈ, ਜਿਸ ਕਰਕੇ ਉਹ ਪਰਿਵਰਤਨ ਦਾ ਵਿਰੋਧ ਕਰਦੇ ਆ। ਹੁਣ ਇਹ ਨੀ ਅਸੀਂ ਸਮਝਦੇ ਵੀ ਜਿਹੜਾ ਵਿਕਾਸ ਹੋਣਾ ਹੈ ਨਾ ਉਹ ਸਾਰਾ ਪਰਿਵਰਤਨ ਦੇ, ਅੱਜ ਜਿੰਨਾ ਚੀਕ ਚਹੜਾਇਆ ਟਕਸਾਲੀਆਂ ਦਾ ਜਾਗਰੂਕਾਂ ਦਾ ਉਹ ਇਸੇ ਗੱਲ ਦੇ ਉੱਤੇ ਆ ਵੀ ਇੱਦਾਂ ਹੁੰਦਾ ਆਇਆ, ਰਾਈਟ, ਹੁਣ ਤੱਕ ਸਾਡੀ ਪਰੰਪਰਾ ਆ ਹੁੰਦਾ ਆਇਆ, ਠੀਕ ਹੈ ਨਾ, ਮਤਲਬ ਪਰਿਵਰਤਨ ਦੀ ਗੱਲ ਨੀ ਹੋਣ ਦੇਣੀ ਚਾਹੁੰਦੇ, ਤਬਦੀਲੀ ਨੀ ਹੋਣ ਦੇਣੀ ਚਾਹੁੰਦੇ, ਹੁੰਦਾ ਆਇਆ ਗਲਤ ਹੁੰਦਾ ਆਇਆ ਨਾ, ਉਹ ਤਾਂ ਉਹ ਤਾਂ ਡਿਸਕਸ਼ਨ ਕਰਨਾ ਚਾਹੁੰਦੇ, ਉਹ ਨੀ ਚਾਹੁੰਦੇ, ਉਹ ਇਸ ਗੱਲ ਨੂੰ ਨੀ ਦੇਖਣਾ ਚਾਹੁੰਦੇ, ਉਹ ਤਾਂ ਇਸੇ ਗੱਲ ਦੇ ਉੱਤੇ ਅੜੇ ਹੋ ਆ। ਪਰ ਇੱਕ ਗੱਲ ਇਹ ਵੀ ਹੈਗੀ ਹੈ ਕਿ ਡਿਲੇ ਕਰ ਸਕਦੇ ਆ, ਪਰਿਵਰਤਨ ਦਾ ਹੋਣਾ ਹੀ ਹੋਣਾ, ਅੱਜ ਨੀ ਤਾਂ ਚਲੋ ਡਿਲੇ ਕਰ ਸਕਦੇ, ਬਸ ਤੁਸੀਂ ਤੁਸੀਂ ਨਾ ਸਹਿਮਤ ਹੋਏ ਫੇਰ ਵੀ ਹੋ ਜਾਣਾ, ਠੀਕ ਹੈ, ਉਹ ਤਾਂ ਦੇਖੋ ਜਦੋਂ ਨਾ ਪਰਿਵਰਤਨ ਦਾ ਵਿਰੋਧ ਹੋਣਾ ਹੋਵੇ ਉਦੋਂ ਤੁਸੀਂ ਇਹ ਦੇਖਣਾ ਹੁੰਦਾ ਵੀ ਮੇਰੇ ਅਖਤਿਆਰ ਵਿੱਚ ਕਿੰਨਾ ਆ, ਠੀਕ ਠੀਕ ਹੈ, ਉਹ ਤੋਂ ਵੀ ਪਹਿਲਾਂ ਮੈਂ ਕਹਿੰਦਾ ਇਹ ਦੇਖੋ ਵੀ ਮੈਨੂੰ ਨੁਕਸਾਨ ਕੀ ਆ ਇਹਦਾ, ਰਾਈਟ, ਜਿਹੜਾ ਮੇਰਾ ਨੁਕਸਾਨ ਆ ਉਹਦੀ ਭਰਪਾਈ ਮੈਂ ਕਿੱਦਾਂ ਕਰ ਸਕਦਾ ਆ, ਜਿਹੜਾ ਤੁਹਾਨੂੰ ਨੁਕਸਾਨ ਹੋਣੇ ਵਾਲਾ ਹੈ ਨਾ ਜੇ ਤੁਸੀਂ, ਕਿਉਂਕਿ ਇਹ ਸਾਡੀ ਇੱਕ ਵੱਡੀ ਮੁਸ਼ਕਲ ਆ ਜਦੋਂ ਕੁਛ ਵਾਪਰਦਾ ਉਹਦੇ ਵਿੱਚ ਮੁਸ਼ਕਲ ਸਾਨੂੰ ਹੋਰ, ਗੁੱਸਾ ਸਾਨੂੰ ਹੋਰ ਕਿਸੇ ਗੱਲ ਤੇ ਹੁੰਦਾ, ਠੀਕ ਹੈ, ਤੇ ਜਿਹੜੀ ਗੱਲ ਤੇ ਗੁੱਸਾ ਆ ਜਿਹੜਾ ਸਾਨੂੰ ਬੁਰਾ ਲੱਗ ਰਿਹਾ ਆ ਜਿਹੜਾ ਸਾਨੂੰ ਨੁਕਸਾਨ ਹੋ ਰਿਹਾ ਆ ਉਹ ਦੱਸਣ ਵਿੱਚ ਸਾਨੂੰ ਸ਼ਰਮ ਆਉਂਦੀ ਆ, ਸਾਨੂੰ ਲੱਗਦਾ ਵੀ ਮੈਂ ਤਾਂ ਛੋਟਾ ਪੈ ਜਾਣਾ, ਇਹਨੇ ਕਹਿਣਾ ਸਵਾਰਥੀ ਆ, ਠੀਕ ਹੈ, ਫਿਰ ਉਸ ਵੇਲੇ ਅਸੀਂ ਜਿਹੜੀ ਗੱਲ ਕਹਿੰਦੇ ਜਿਹੜਾ ਬਹਾਨਾ ਪਾਉਂਦੇ ਆ ਉਹ ਪਾਉਂਦੇ ਆ ਵੱਡਾ ਵੀ ਜਿਹਦੇ ਨਾਲ ਮੈਂ ਮਹਾਨ ਲੱਗਾ, ਠੀਕ ਹੈ, ਜਦੋਂ ਨਾ ਜਿਹੜਾ ਜਿਹੜੀ ਪਰੰਪਰਾ ਆ ਸਾਡੇ ਪੰਜਾਂ ਪਿਆਰਿਆਂ ਦੇ ਪੇਸ਼ ਹੋਣ ਦੀ, ਠੀਕ, ਵੀ ਜਦੋਂ ਕੋਈ ਬੰਦਾ ਅੰਮ੍ਰਿਤ ਛਕ ਲੈਂਦਾ ਉਹ ਪੰਜਾਂ ਦੇ ਪੇਸ਼ ਹੋ ਜਾਏ, ਪੇਸ਼ ਹੋ ਕੇ ਉੱਥੇ ਗਲਤੀ ਮੰਨ ਲੈ ਆਪਣੀ, ਠੀਕ ਹੈ, ਠੀਕ ਹੈ, ਅਸਲ ਵਿੱਚ ਚਾਹੀਦਾ ਤਾਂ ਇਹ ਸੀ ਵੀ ਸੰਗਤੀ ਰੂਪ ਚ ਹੋਵੇ, ਉਹ ਰਾਈਟ ਸਾਹਮਣੇ ਸੰਗਤ ਚ ਦੀਵਾਨ ਦੇ ਵਿਚ ਖੜਾ ਹੋਵੇ ਬੰਦਾ, ਖੜਾ ਹੋ ਕੇ ਕਹੇ ਵੀ ਸਤਸੰਗ ਜੀ ਮੈਂ ਛਕਿਆ ਸੀ ਅੰਮ੍ਰਿਤ ਹਨਾ 6 ਮਹੀਨੇ ਪਹਿਲਾਂ, ਇਹ ਮੈਂ ਗੱਲਾਂ ਸੁਣੀਆਂ ਸੀਗੀਆਂ, ਉਹ ਮੁੜ ਕੇ ਮੇਰਾ ਮਨ ਡੋਲ ਗਿਆ, ਮੈਂ ਸ਼ਰਾਬ ਪੀਣ ਲੱਗ ਪਿਆ, ਮੈਨੂੰ ਲੱਗਾ ਵੀ ਇਹ ਤਾਂ ਕਹਿੰਦੇ ਸੀਗੇ ਵੀ ਚਿੜੀਆਂ ਨਾਲ ਬਾਜ ਨੇ ਲੜ ਜਾਣਾ ਆ ਹੋਣਾ ਵੀ ਹੋਇਆ ਕੁਛ ਨੀ, ਫਰਸਟ੍ਰੇਸ਼ਨ ਵੱਧ ਗਈ ਮੇਰੀ, ਮਿੱਤਰਾਂ ਦੋਸਤਾਂ ਦੇ ਨਾਲ ਜਿੱਥੇ ਮੈਂ ਸੀਗਾ ਘਰ ਦੀਆਂ ਵੀ ਪ੍ਰੋਬਲਮਾਂ ਸੀ, ਮੈਂ ਦਾਰੂ ਪੀ ਲਈ, ਰਾਈਟ, ਠੀਕ ਹੈ, ਹੁਣ ਮੈਨੂੰ ਅਹਿਸਾਸ ਹੋ ਗਿਆ ਵੀ ਠੀਕ ਹੈ ਯਾਰ ਇਹ ਨਹੀਂ ਵੀ ਹੋਇਆ ਫੇਰ ਵੀ ਮੇਰੇ ਫਰਜ਼ ਤਾਂ ਬਣਦਾ ਹੀ ਆ, ਮੈਂ ਦੁਬਾਰਾ ਸ਼ਾਮਲ ਹੋਣਾ ਚਾਹੁੰਦਾ, ਰਾਈਟ, ਠੀਕ ਹੈ, ਇਹ ਮੇਰੇ ਤੋਂ ਗਲਤੀਆਂ ਹੋਈਆਂ ਜਿਹੜੀਆਂ, ਜਿਹਨਾਂ ਦੇ ਬਾਰੇ ਮੈਂ ਤੁਹਾਨੂੰ, ਚਲੋ ਮੈਂ ਤੁਹਾਨੂੰ ਇਹ ਤਾਂ ਨਹੀਂ ਦੱਸ ਸਕਦਾ ਵੀ ਮੈਂ ਕਿਹੜੇ ਕਿਹੜੇ ਨਸ਼ੇ ਕੀਤੇ ਆ, ਪਰ ਮੈਂ ਲੱਗ ਪਿਆ ਸੀ ਕਰ, ਤੇ ਹੁਣ ਮੈਂ ਛੱਡਣਾ ਚਾਹੁੰਦਾ ਤੇ ਮੈਂ ਦੁਬਾਰਾ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਵੀ ਏਦਾਂ ਦਾ ਕਦੇ ਮੈਂ ਮੌਕਾ ਨਹੀਂ ਦਊਂਗਾ ਤੁਹਾਨੂੰ, ਹਨਾ, ਜੇ ਤੁਹਾਨੂੰ ਵੀ ਕੋਈ ਬੰਦਾ ਭੜਕੇ ਨੂੰ ਮਿਹਣਾ ਮਾਰੇ ਵੀ ਬੰਦਾ ਫੇਰ ਤੁਹਾਡੇ ਵਿਚ ਬੈਠਾ ਆ ਵੀ ਇਹ ਤਾਂ ਸ਼ਰਾਬ ਪੀਂਦਾ ਹੁੰਦਾ, ਹਨਾ, ਤੁਸੀਂ ਦਾਅਵੇ ਨਾ ਕਹਿ ਸਕੇ ਵੀ ਦੇਖੋ ਭਾਈ ਸਾਡੇ ਕੋਲ ਮੰਨ ਕੇ ਗਿਆ ਅਸੀਂ ਯਕੀਨ ਕਰਦੇ ਹਾਂ, ਬਿਲਕੁਲ, ਮੈਨੂੰ ਇੱਕ ਮੌਕਾ, ਮਤਲਬ ਹੁਣ ਅਸੀਂ ਕੀ ਕੀਤਾ, ਗੁਪਤ, ਉਹ ਹੈਗਾ ਗੁਪਤ, ਫਿਰ ਜਦੋਂ ਅਸੀਂ ਪੰਜਾਂ ਦੇ ਪੇਸ਼ ਹੁੰਦੇ ਹਾਂ ਉੱਥੇ ਜਾ ਕੇ ਜਿਹੜੇ ਤਾਂ ਬਾਹਰ ਆ ਸਾਨੂੰ ਜਾਣਦੇ ਵੀ ਅਸੀਂ ਗਲਤੀ ਕੀਤੀ ਆ, ਉਹਨਾਂ ਨੂੰ ਤਾਂ ਇਹ ਦਿਖਾ ਦਿੰਦੇ ਆ ਵੀ ਮੈਂ ਪੰਜਾਂ ਦੇ ਪੇਸ਼ ਹੋ ਗਿਆ, ਪੰਜਾਂ ਦੇ ਕੋਲ ਜਾ ਕੇ ਜਿਹੜੀ ਗਲਤੀ ਦੱਸਦੇ ਨਾ ਅਸੀਂ ਉਹ ਦੱਸਦੇ ਆ ਜਿਹੜੀ ਦੇਖਣ ਨੂੰ ਵੱਡੀ ਲੱਗੇ, ਵੱਡੀ ਮਤਲਬ ਇੱਦਾਂ ਲੱਗੇ ਵੀ ਯਾਰ ਇਹਨੂੰ ਇੰਨਾ ਫਿਕਰ ਆ, ਠੀਕ ਆ, ਹੁਣ ਜਿਹੜਾ ਬੰਦਾ ਜਨਾਨੀ ਦੇ ਔਰਤ ਦੇ ਨਾਲ ਖੇਹ ਖਾਇਆ ਆ ਗਲਤ ਜਗ੍ਹਾ ਜਾਂ ਔਰਤ ਕਿਸੇ ਬੰਦੇ ਨਾਲ ਖੇਹ ਖਾਇਆ ਗਲਤ ਜਗ੍ਹਾ, ਪਤਾ ਲੱਗ ਗਿਆ, ਹੁਣ ਮੰਨ ਲਓ ਗ੍ਰੰਥੀ ਆ, ਕਥਾਕਾਰ ਆ, ਕਮੇਟੀ ਦਾ ਮੈਂਬਰ ਆ, ਗਲਤ ਜਗ੍ਹਾ ਜਾਇਆ ਆ, ਠੀਕ ਹੈ, ਹੁਣ ਉਹਨੂੰ ਉਹ ਨਾਲ ਦੇ ਕਹਿੰਦੇ ਵੀ ਭਾਈ ਤੂੰ ਏਦਾਂ ਨੀ ਹੋ ਸਕਦਾ, ਪੰਜਾਂ ਪਿਆਰਿਆਂ ਚ ਨੀ ਲੱਗ ਸਕਦਾ ਤੂੰ, ਆਹ ਕੰਮ ਨੀ ਹੋਣਾ ਤੇਰਾ, ਚੱਲ ਪੇਸ਼ ਹੋ ਕੇ ਆ, ਹੁਣ ਪੇਸ਼ ਹੋਣ ਗਿਆ, ਜਦੋਂ ਅੰਦਰ ਗਿਆ ਅੰਦਰ ਜਾ ਕੇ ਕਹਿੰਦਾ ਭੇ ਜੀ 3 ਕੁ ਮਹੀਨੇ ਪਹਿਲਾਂ ਅਸੀਂ ਗਏ ਸੀ ਹੋਲੀਡੇ ਤੇ ਤੇ ਮੇਰੇ ਤੋਂ ਗੁਟਕਾ ਨੀ ਲਿਜਾ ਹੋਇਆ ਤੇ ਮੈਨੂੰ ਜਪਜੀ ਸਾਹਿਬ ਆਨੰਦ ਸਾਹਿਬ ਤੇ ਯਾਦ ਸੀਗਾ
ਜਾਪ ਸਾਹਿਬ ਯਾਦ ਨਹੀਂ ਸੀ ਮੈਥੋਂ ਦੋ ਦਿਨ ਜਾਪ ਸਾਹਿਬ ਨਹੀਂ ਹੋਇਆ ਹੁਣ ਉਹ ਪੰਜ ਪਿਆਰੇ ਦੇਖ ਕੇ ਉਹ ਤਾਂ ਹੈਰਾਨ ਹੋ ਜਾਂਦੇ ਆ ਏਡਾ ਬੰਦਾ ਜਾਣੀ ਹਨਾ ਹੁਣ ਉਹ ਕਰਕੇ ਉਹ ਗੱਲ ਸਾਰੀ ਗੁਪਤ ਰਹਿਣੀ ਆ ਅੰਦਰਲੇ ਜਿਹੜੇ ਆ ਉਹ ਉਹਨਾਂ ਨੂੰ ਨੀ ਦੱਸ ਸਕਦੇ ਬਾਹਰਲਿਆਂ ਨੂੰ ਹੁਣ ਬਾਹਰਲੇ ਦੀ ਨਿਗਾਹ ਚ ਇਹ ਆਪੇ ਪੇਸ਼ ਹੋ ਕੇ ਆ ਗਿਆ ਹਨਾ ਅੰਦਰਲਿਆਂ ਨੂੰ ਆਪੇ ਯਾਰ ਏਡਾ ਮਹਾਨ ਬੰਦਾ ਠੀਕ ਹੈ ਇਹ ਜਾਣੀ ਕਿਉਂਕਿ ਅਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਹੈ